ਉਸਨੇ ਮੋਟਰਸਾਈਕਲ ਤੇ ਜਾਂਦੇ ਹੋਏ ਸਿੱਧਾ ਥੱਪੜ ਮਾਰਿਆ, ਨਾ ਰੋਕਿਆ ਨਾ ਕੁਛ, ਤੇ ਆਹ ਦੇਖੋ ਬੁੱਲ ਪਾੜਤਾ। ਗੋਬਿੰਦ ਗੌਤਮ ਤੋਂ ਆ ਰਹੇ ਸੀ, ਮੱਥਾ ਟੇਕ ਕੇ ਆ ਰਹੇ ਸੀ, ਆਰਾਮ ਨਾਲ ਆ ਰਹੇ ਸੀ, ਆਰਾਮ ਨਾ ਕੁਛ ਦਿੱਤਾ, ਸਿੱਧਾ ਉਹਨੂੰ ਥੱਪੜ ਮਾਰਿਆ। ਤੁਸੀਂ ਦੱਸ ਸਕਦੇ ਭਾਈ ਸਾਹਿਬ ਥੱਪੜ ਮਾਰਨ ਦਾ ਮਤਲਬ ਇਹਨਾਂ ਕੋਈ ਕਿਸੇ ਕੋਲ ਰਾਈਟ ਹੈਗਾ ਜੀ? ਨਹੀਂ ਮੇਰਾ ਚਲਾਨ ਕਰ ਦੋ, ਚਲਾਨ ਕਰ ਦੋ ਸਾਡਾ, ਪਰ ਥੱਪੜ ਮਾਰਨ ਦਾ ਕਿਹੜਾ ਰਾਈਟ ਹੈ? ਰੋਕਿਆ ਤੁਹਾਨੂੰ ਚਾਰ ਬੰਦੇ ਨੇ? ਕਿਸੇ ਨੇ ਨਹੀਂ ਰੋਕਿਆ ਜੀ, ਕਿਸੇ ਨੇ ਨਹੀਂ ਰੋਕਿਆ। ਇੱਕ ਮਿੰਟ ਪਲੀਜ਼, ਤੁਸੀਂ ਨਹੀਂ ਬੋਲਣਾ, ਨਹੀਂ ਕਿਸੇ ਕੋਲ ਰਾਈਟ ਹੈਗਾ ਥੱਪੜ ਮਾਰਨ ਦਾ? ਤੁਸੀਂ ਚਲਾਨ ਕਰੋ, ਤੁਸੀਂ ਸਭ ਕੁਛ ਕਰੋ, ਪਰ ਥੱਪੜ ਨਹੀਂ ਮਾਰ ਸਕਦੇ। ਕੋਈ ਨੀ, ਕੋਈ ਨੀ ਭੱਜਿਆ, ਬਿਲਕੁਲ ਜ਼ਿੰਮੇਵਾਰ ਜ਼ਿੰਮੇਵਾਰ ਥੱਪੜ ਮਾਰਨ ਦਾ ਕਿਹੜਾ ਰਾਈਟ ਹੈ? ਆਹ ਦੇਖੋ, ਆਹ ਨੇ ਭਾਈ ਸਾਹਿਬ, ਤੁਸੀਂ ਦੇਖ ਰਹੇ ਹੋ, ਤੁਸੀਂ ਇਹ ਦੇਖ ਰਹੇ ਹੋ ਲੁਧਿਆਣਾ ਨਾਓ, ਤੇ ਆਹ ਭਾਈ ਸਾਹਿਬ ਨੇ ਇਹਨਾਂ ਥੱਪੜ ਮਾਰਿਆ ਚਲਦੇ ਮੋਟਰਸਾਈਕਲ ਤੇ। ਆਹ ਇਕਦਮ ਇਸ ਟਾਈਮ ਪੂਰੇ ਨੇ ਟਾਈਟ ਨੇ, ਇਹਦਾ ਨਾਮ ਹੈਗਾ ਮਨਮੋਹਨ ਸਿੰਘ, ਕੋਈ ASI ਕਰਕੇ ਨੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਨਾਓ, ਤੇ ਅਸੀਂ ਇਸ ਟਾਈਮ ਗੋਬਿੰਦ ਗੌਤਮ ਤੋਂ ਲਈ, ਮੈਂ ਲਾਈਵ ਚੱਲ ਰਿਹਾ ਪਿੱਛੇ। ਆਹ ਦੇਖੋ ਹੱਥ ਹੀ ਚੱਕ ਸਕਦੇ, ਪਿੱਛੇ ਹੋ ਜਾਓ, ਆਹ ਦੇਖ ਲਓ ਦਾਰੂ ਪੀਤੀ ਹੋਈ ਹੈ, ਪੂਰੀ ਦਾਰੂ ਪੀਤੀ ਹੋਈ ਹੈ, ਪਿੱਛੇ ਹੋ ਜਾਓ। ਮੈਂ ਅਸੀਂ ਦੇਖ ਲਓ, ਅਸੀਂ ਕੋਈ ਅਸੀਂ ਤੇ ਪਿਆਰ ਨਾਲ ਗੱਲ ਕਰ ਰਹੇ ਹਾਂ ਸਰ, ਲਾਇਸੈਂਸ ਅਸੀਂ ਦੇਖੋ ਥੱਪੜ ਨਹੀਂ, ਅਸੀਂ ਪਿਆਰ ਨਾਲ ਗੱਲ ਕਰ ਰਹੇ ਹਾਂ, ਸਾਨੂੰ ਸਰ ਇੱਕ ਮਿੰਟ, ਕੋਈ ਬੈਸੇਗਾ ਨੀ, ਕੋਈ ਨੀ ਬੈਸੇਗਾ, ਕੋਈ ਪਿਆਰ ਨਾਲ ਕੋਈ ਨੀ ਬੈਸੇਗਾ, ਕੋਈ ਨੀ ਬੈਸੇਗਾ, ਬਿਲਕੁਲ ਪਿਆਰ ਨਾਲ। ਤੁਸੀਂ ਥੱਪੜ ਮਾਰਿਆ, ਮੇਰੀ ਗੱਲ ਸੁਣੋ, ਇਹਨਾਂ ਥੱਪੜ ਮਾਰਿਆ ਕੋਈ ਗੱਲ ਨੀ, ਕੱਲ ਦੱਸੂਗਾ ਕਮਿਸ਼ਨਰ ਵੀ ਦੱਸੂਗਾ ਤੈਨੂੰ, ਇਹਨੇ ਪੂਰਾ ਟਾਈਟ ਹੈ। ਤੁਸੀਂ ਲੁਧਿਆਣਾ ਦੇਖ ਰਹੇ ਹੋ, ਇਹਨਾਂ ਨਾਮ ਹੈਗਾ ਮਨਮੋਹਨ ਸਿੰਘ, ਕੁਝ ASI ਤੇ ਕੋਈ ਗੱਲ ਨੀ, ਕੋਈ ਚੱਕਰ ਨੀ, ਕੱਲ ਦੱਸੂਗਾ ਤੁਹਾਨੂੰ, ਮੈਂ ਕਮਿਸ਼ਨਰ ਵੀ ਦੱਸੂਗਾ ਤੁਹਾਨੂੰ। ਆ ਟਾਈਟ ਨੇ ਪੂਰੇ, ਆ ਜਾ ਕੋਈ ਗੱਲ ਨੀ, ਕੋਈ ਨੀ, ਆ ਜਾ, ਕੱਲ ਕਮਿਸ਼ਨਰ ਵੀ ਦੱਸਾਂਗੇ। ਇਸ ਟਾਈਮ ਪੂਰੇ ਟਾਈਟ ਨੇ, ਨਾ ਤੁਰ ਹੋ ਰਿਹਾ, ਆਹ ਦੇਖ ਲਓ ਆਹ ਹਾਲ ਹੈ। ਪਹਿਲੇ ਭਗਵੰਤ ਮਾਨ ਜੀ ਨੂੰ ਇਹਨਾਂ ਅਟੈਕ ਕਰਨੀ ਹੈ, ਮੈਂ ਕਰੂੰਗਾ, ਕੋਈ ਚੱਕਰ ਨਹੀਂ।